अज मुकेरियां विखे विधानसभा हलका विखे अलग अलग फंक्शन शामिल होने लई सरदार सुखबीर सिंह बादल प्रधान श्रोमणी अकाली दल सरदार सरबजोत सिंह साहबी की अगवाई हेठ हो रहे जनतक इकट्ठा संबोधन करने लई अते वर्करां दे रूबरू होने लई इत्थे पहुँच रहे हैं। तुहानूं पता ही है कि जिथे भी सुखबीर बादल पहुँचते हैं उत्थे पुलिस वल्लों पुख्ता प्रबंध किए जाते हैं और वड्डी तादाद विच इत्थे मुकेरियां विखे भी पुलिस जिहड़ी लगाई गई है और वर्करां दा ठाठा मारदा इकट्ठ भी उन्हां दे स्वागत लई पिंड चक अल्ला बख्श जो जलंधर पठानकोट राष्ट्रीय मार्ग के मुकेरियां नीति पैंदा उत्थे वर्कर जिहड़े झंडे लैके खड़े ने और उन्होंने स्वागत करने लई इत्थों उन्हां नूं लिजाणा उन्होंने आर सी रिसोर्ट जिथे उन्होंने जनतक इकट्ठ नूं संबोधन करना और उन्हां दी उडीक विच इत्थे सारे प्रबंध पुख्ता किए गए हैं। जिला हुशियारपुर तो वड्डी तादाद विच एस एस पी हुशियारपुर वल्लों पुलिस फोर्स नूं इत्थे तैनात करवाया गया तां कि कोई भी जिवें किसान जथेबंदियां जां होर लोग जिहड़े कोई विरोध करन वाले ने उन्हां नूं कोई भी किसे किस्म दा विघन पाउण दा मौका ना मिल सके। असीं देख सकते हाँ कि किवें झंडे हत्थां 'च फड़ी होई वर्कर जिहड़े आ उह भारी उत्साहित हो के इत्थे पहुँचे ने और तुहानूं दिखा रहे हो कैमरामैन दिखा रहा। हाँ जी तुसीं भाजी पहुँचे हो इत्थे किस दे स्वागत लई पहुँचे इधर करो यार। हाँ जी किस दे स्वागत लई आए हो ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਸੂਝਵਾਨ ਲੀਡਰਸ਼ਿਪ ਉਹ ਯੂਥ ਅਕਾਲੀ ਦਲ ਤੇ ਐਸ ਓ ਆਈ ਤੇ ਦੁਆਬਾ ਜ਼ੋਨ 1 ਦੇ ਪ੍ਰਧਾਨ ਅਮਰਪਾਲ ਸਿੰਘ ਡੱਲੀ ਹੁਣਾਂ ਨੇ ਕਰਾਇਆ ਗੱਲਬਾਤ ਕਰਵਾਉਂਦੇ ਆ ਕਿ ਕਿਵੇਂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਨਾਲ ਤੁਹਾਨੂੰ ਮਿਲਾਉਂਦੇ ਆ। ਹਾਂਜੀ ਸਾਡੇ ਸਰਬਜੋਤ ਸਿੰਘ ਸਾਹਬੀ ਆਏ ਨੇ ਔਰ ਜਿਹੜੇ ਹਲਕਾ ਮੁਕੇਰੀਆਂ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਇਸ ਵੇਲੇ ਸਾਡੇ ਨਾਲ ਨੇ ਸੋਨੂ ਜੀ ਔਰ ਇਹਨਾਂ ਨੂੰ ਪੁੱਛਦੇ ਹਾਂ ਵੀ ਉਹ ਕੀ ਪ੍ਰਬੰਧ ਕੀਤੇ ਉਹਨਾਂ ਦੇ ਆਉਂਦੇ ਹੋ ਕਿਸ ਸੰਬੰਧੀ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਪਹੁੰਚ ਰਹੇ ਨੇ। ਅੱਜ ਜੀ ਆਪਾਂ ਸਰਦਾਰ ਸਰਬਜੋਤ ਸਿੰਘ ਸਾਹਬੀ ਦੀ ਇਲੈਕਸ਼ਨ ਨੂੰ ਹੁਲਾਰਾ ਦੇਣ ਵਾਸਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅੱਜ ਮੁਕੇਰੀਆਂ ਵਿਖੇ ਆ ਰਹੇ ਹਨ। ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਚੱਕ ਸਕੂਲ ਦੇ ਓਪੋਜਿਟ ਬਹੁਤ ਵੱਡਾ ਯੂਥ ਅਤੇ ਐਸ ਓ ਆਈ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਗਤ ਕੀਤਾ ਜਾਊਗਾ। ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਇੱਥੇ ਜੀ ਆਇਆਂ ਕਿਹਾ ਜਾਏਗਾ। ਇਹਨਾਂ ਦੇ ਨਾਲ ਸਾਡੇ ਹਲਕਾ ਇੰਚਾਰਜ ਹਾਜੀਪੁਰ ਤੋਂ ਵੀ ਗੋਬਿੰਦ ਸਿੰਘ ਜੀ ਬਹੁਜਨ ਸਮਾਜ ਪਾਰਟੀ ਵੱਲੋਂ ਹਾਜ਼ਰ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਵੱਲੋਂ ਕੀ ਸਹਿਯੋਗ ਦਿੱਤਾ ਜਾਏ। ਅੱਜ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਮੁਕੇਰੀਆਂ ਵਿੱਚ ਆਮਦ ਕਰ ਰਹੇ ਨੇ ਉਹਨਾਂ ਦੇ ਸਵਾਗਤ ਲਈ ਜਿੱਥੇ ਇੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਔਰ ਐਸ ਓ ਆਈ ਦੇ ਜਿਹੜੇ ਵਰਕਰ ਇਕੱਠੇ ਹੋਏ ਨੇ ਉਹਨਾਂ ਦੇ ਨਾਲ ਨਾਲ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੀ ਇਕੱਠੇ ਹੋਏ ਨੇ ਔਰ ਇਸ ਤੋਂ ਬਾਅਦ ਜਲੂਸ ਦੀ ਸ਼ਕਲ ਦੇ ਵਿੱਚ ਇੱਕ ਯਾਤਰਾ ਦੀ ਸ਼ਕਲ ਦੇ ਵਿੱਚ ਬਾਦਲ ਸਾਹਿਬ ਨੂੰ ਆਰ ਸੀ ਰਿਸੋਰਟ ਤੱਕ ਲੈ ਕੇ ਜਾਣਗੇ ਔਰ ਉੱਥੇ ਉਹਨਾਂ ਦਾ ਸਟੇਜ ਦਾ ਪ੍ਰੋਗਰਾਮ ਹੋਏਗਾ ਜਿੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਪੂਰਨ ਸਹਿਯੋਗ ਕੀਤਾ ਜਾ ਰਿਹਾ। ਧੰਨਵਾਦ ਜੀ। ਇੱਥੇ ਪੁਖਤਾ ਪ੍ਰਬੰਧ ਕਰਨ ਲਈ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਐਸ ਪੀ ਸਰਦਾਰ ਧਰਮ ਸਿੰਘ ਵੀਰ ਸਿੰਘ ਜੀ ਵੀ ਆਏ ਨੇ, ਉਹਨਾਂ ਨੂੰ ਪੁੱਛਦੇ ਹਾਂ ਕਿ ਪੁਲਿਸ ਵੱਲੋਂ ਕੀ ਪੁਖਤਾ ਪ੍ਰਬੰਧ ਕੀਤੇ ਗਏ ਆ ਇਸ ਸਮਾਗਮ ਲਈ। ਇੱਥੇ ਜਿਹੜੇ ਸ੍ਰੀ ਸੁਖਬੀਰ ਜੀ ਦੇ ਆਗਮਨ 'ਤੇ ਸਾਰੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਉਹਨਾਂ ਦਾ 5-6 ਜਗ੍ਹਾ ਪ੍ਰੋਗਰਾਮ ਹੈ। ਰੂਟ 'ਤੇ ਵੀ ਐਸ ਪੀਜ਼ ਡੀ ਐਸ ਪੀਜ਼ ਨੇ, ਹਰ ਵੈਨਿਊ 'ਤੇ ਇੱਕ ਦੋ ਡੀ ਐਸ ਪੀ ਔਰ ਐਸ ਪੀ ਦੀ ਸੁਪਰਵਿਜ਼ਨ ਹੈਗੀ ਆ। ਬਿਲਕੁਲ ਸਹੀ ਪ੍ਰਬੰਧ ਕੀਤੇ ਗਏ ਨੇ। ਕਿੰਨੇ ਕੁ ਮੁਲਾਜ਼ਮ ਲਗਾਏ ਗਏ ਜੀ? ਮੁਲਾਜ਼ਮ ਸਫੀਸ਼ੈਂਟ ਲਗਾਏ ਗਏ ਨੇ, ਜਿੰਨੇ ਨੈਸੈਸਿਟੀ ਹੈਗੀ ਉਸ ਮੁਤਾਬਕ ਲਗਾਏ ਗਏ। ਠੀਕ ਹੈ ਜੀ, ਧੰਨਵਾਦ। ਆਓ ਅਸੀਂ ਤੁਹਾਨੂੰ ਹੁਣ ਲੈ ਚੱਲਦੇ ਹਾਂ ਉੱਥੇ ਜਿੱਥੇ ਸੁਖਬੀਰ ਸਿੰਘ ਬਾਦਲ ਜੀ ਰੈਲੀ ਨੂੰ ਸੰਬੋਧਨ ਕਰਨਗੇ ਆਰ ਸੀ ਰਿਸੋਰਟ ਵਿਖੇ। ਅੱਜ ਦੇਖੋ ਜੀ, ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਮੁਕੇਰੀਆਂ ਪਹੁੰਚ ਰਹੇ ਨੇ ਅਤੇ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਆ ਜੀ। ਅੱਜ ਸਾਡੇ ਯੂਥ ਦੇ ਲੀਡਰ ਜਿਨ੍ਹਾਂ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ, ਸਾਨੂੰ ਉਹਨਾਂ ਦੀ ਆਮਦ ਐਂ ਲੱਗ ਰਹੀ ਆ ਕਿ ਜਿੱਦਾਂ ਸਾਡੇ ਘਰ ਕੋਈ ਗੈਸਟ ਆ ਰਹੇ ਹੁੰਦੇ ਨੇ। ਸਾਨੂੰ ਬਹੁਤ ਉਤਸ਼ਾਹ ਆ ਜੀ,
नौजवानों के पूरा उत्साह आ। इतने आने असी अगे मोटरसाइकलों गड्डियां जीपां ते उन्हां दा स्वागत करांगे ते उन्हां नूं रैली वाली जगह ते लेके जावांगे जी। ते उम्मीद करते हैं जी सारे सानू सहयोग देणगे ते सरदार सरबजोत सिंह साबी नूं इस बार जिता के ते विधानसभा दे विच भेजा जाएगा जी। वाहिगुरू जी का खालसा वाहिगुरू जी। बड़े ही जोश के नाल अज साढ़े पार्टी के प्रधान सरदार सुखबीर सिंह जी बादल नूं असी अज चक पिंड दे सामने असी बहुत वधिया तरीके नाल वधिया शानदार तरीके दे नाल उन्हां नूं इत्थे आपां जी आया आखांगे। इस तों बाद साढ़े जिहड़े जूत दे वीर आ उन्हां विच वी बहुत ज़्यादा उत्साह आ, दुनिया वध चढ़ के पहुँच रही आ। दसां मिंटां दे विच इत्थे मेले दे रूप वांगू हो जूगा। इस तों बाद असी बादल साहब नूं इत्थों एक जथे दे रूप विच आर सी रिजॉर्ट लिजा के उत्थे फंक्शन आयोजित किया गया है। उस तों बाद चार पंज प्रोग्राम अगे रखे हुए हैं। अज का यह जिहड़ा काठा ठाठा मारदा काठा सरदार सरबजोत सिंह साबी की जित की निशानी आ। उम्मीद करते हैं परमात्मा अगे अरदास करते हैं सच्चे पातशाह साडा वीर सरबजोत सिंह साबी आने दिनों बुलंदियों पर पहुँचे, जिहड़ा 2022 का मिशन आ वह फतेह करे।